चैनल इंडिया क्राइम न्यूज़ वेख रहे सारे दर्शकों का एक बार फिर तो स्वागत है। इस वेले की एक खबर जिला अमृतसर के क्रिस्टल चौंक तो सामने आ रही है, जिथे पिछली 20 सालों तो लग रही रेहड़ी मार्केट में अचानक कारपोरेशन के अधिकारियों वालों अज शाम JCB ते बुलडोज़र नाल सारी मार्केट में टह टेरी कर दिता गया। रेहड़ी लाने वाले लोगों वालों जो इसका विरोध किया गया तो तनाव में वाधा वेख मौके पर पहुंचे DSP दर्शन सिंह वालों स्थिति को काबू करने की कोशिश की गई, पर रेहड़ी यूनियन वालों कारपोरेशन अधिकारियों से 4,000 रुपए के चलान करन ते जबरदस्ती करन दे इल्जाम लगाए गए अते नाल ही रेहड़ी मार्केट के लोगों ने रोड नू जाम करके रेहड़ी मार्केट नू सही करन दी मांग की। उन्हां दा नाल ए वी कहना सी भी ये जो 4,000 दे जो ये चलान कट रहे ने बिल्कुल नजायज़ ने अते इन्हां दे जो चलान बनते ने ये चलान नू इन्होंने पहलों भी मांग की सी भी इस चलान की राशि नू थोड़ा घट कर दिता जाए, पर कारपोरेशन अधिकारियों वालों कोई उन्हां दी गल नहीं सुनी गई अते उन्हां दी मार्केट दे उपर JCB दे नाल उन्हां दी मार्केट नूं टह टेरी कर दिता गया। वेखदे रहो चैनल इंडिया क्राइम न्यूज़ अटारी तो पत्रकार गुरप्रीत सिंह मल्ली दे नाल रणजीत कौंके दी एक खास रिपोर्ट। ਜੀ ਇਹਨਾਂ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ, ਕੱਲ੍ਹ ਸਾਡੇ ਕੋਲ ਆਏ, ਅਸੀਂ ਇਹਨਾਂ ਨਾਲ ਸਹਿਮਤੀ ਨਾਲ ਗੱਲ ਕਰਦੇ ਪਏ, ਪਰ ਇਹਨਾਂ ਨੇ ਗੱਲ ਨਹੀਂ ਕੀਤੀ, ਧੱਕਾ ਮੁੱਕੀ ਕੀਤੀ, ਸਾਰੀ ਮਾਰਕੀਟ ਇਕੱਠੀ ਹੋ ਗਈ। ਉਸ ਤੋਂ ਬਾਅਦ ਜਿਸ ਟਾਈਮ ਇਕੱਠੀ ਹੋਈ ਉਸ ਤੋਂ ਬਾਅਦ ਇਹਨਾਂ ਇਹ ਚਲ ਗਏ, ਉਸ ਤੋਂ ਬਾਅਦ ਸਵੇਰੇ ਆ ਕੇ ਇਹਨਾਂ ਨੇ ਸਾਰੀ ਤੋੜ ਭੰਨ ਕਰਨੀ ਸ਼ੁਰੂ ਕਰਤੀ। ਇਹਨਾਂ ਦਾ ਬਣਦਾ ਸੀ ਕਿ ਸਾਡਾ ਚਲਾਨ ਕਰਨ, ਇਹਨਾਂ ਅਸੀਂ ਚਲਾਨ ਨਹੀਂ ਕੀਤਾ, ਸਿੱਧੀ ਬੰਦੇ ਥੱਲੇ ਸ਼ੈਡ ਦੇ ਥੱਲੇ 3 ਬੰਦੇ ਦੱਬ ਗਏ ਸਾਡੇ ਮਾਰਕੀਟ ਦੇ ਵਿੱਚ, ਉਹ ਵੀ ਉੱਧਰ ਦੇਖੋ ਪਿੱਛੇ ਸਰ ਬਦੇ ਖੂਨ ਸਾਰਾ ਵਹਿ ਰਿਹਾ ਦੇ ਪੈਰ ਦੇ ਵਿੱਚ, ਜੇ ਕਿਸੇ ਦੀ ਮੌਤ ਹੋਈ ਸੀ ਕੌਣ ਜ਼ਿੰਮੇਵਾਰ ਸੀ? ਤੁਸੀਂ ਗੱਲ ਕਰਦੇ ਬੜੇ ਤਰੀਕੇ ਨਾਲ ਕਰਦੇ, ਸਾਰਿਆਂ ਨੂੰ ਮਾਰ ਘੱਟੋ ਘੱਟ ਤੁਸੀਂ ਨੋਟਿਸ ਤੇ ਦਿੰਦੇ, ਅਗਰ ਜੋ ਵੀ ਕਰਨਾ ਸੀ ਨੋਟਿਸ ਦੇ ਦਿੰਦੇ, ਸਿੱਧਾ ਇਹਨਾਂ ਨੇ ਆਪਣੀ ਗੁੰਡਾਗਰਦੀ ਵਿਖਾਈ ਹੈ ਆ ਕਾਰਪੋਰੇਸ਼ਨ ਵਾਲੇ। ਇਹ ਭਾਜੀ ਖਾਣ ਪੀਣ ਦੀ ਰੇਹੜੀ ਮਾਰਕੀਟ ਹੈ, ਅੱਜ ਤੋਂ 20 ਸਾਲ ਹੋ ਗਏ ਮਾਰਕੀਟ ਨੂੰ ਲੱਗਦੇ, ਇਹ ਜਗ੍ਹਾ ਭਾਜੀ ਪ੍ਰਾਈਵੇਟ ਜਗ੍ਹਾ ਕੀ ਹੈ, ਸਭ ਕੁਛ ਸਾਰੇ ਇਹਨਾਂ ਨੂੰ ਪੈਸੇ ਚੜ੍ਹਦੇ, ਸਭ ਕੁਛ ਚੜ੍ਹਦਾ ਸੀ ਜਦੋਂ ਤਾਂ ਲੋਕਡਾਊਨ ਹੋਇਆ, ਸਭ ਦੇ ਹੱਥ ਟਾਈਟ ਹੋ ਗਏ ਉਸ ਤੋਂ ਬਾਅਦ, ਅਤੇ ਬੰਦਾ ਕਹਿੰਦਾ ਜੋ ਵੀ ਕਰਨਾ ਸਹਿਮਤੀ ਦੇ ਨਾਲ ਕਰੋ, ਪਰ ਇਹਨਾਂ ਨੇ ਆਉਂਦਿਆਂ ਹੀ ਗੁੰਡਾਗਰਦੀ ਆਪਣੀ ਵਿਖਾਤੀ, ਆਪਣੀ ਔਕਾਤ ਵਿਖਾਤੀ, ਕਿੰਨੀ ਕਰਤੂਤ ਦੇ ਮਾਲਕ ਨੇ, ਇਹਨਾਂ ਨੇ ਬੇੜਾ ਗਰਕ ਕਰਕੇ ਰੱਖਤਾ ਭਾਜੀ। ਅਸੀਂ ਗਰੀਬ ਬੰਦੇ ਸੀ, ਕਿੱਥੇ ਮਰੀਏ ਅਸੀਂ ਭਾਜੀ? ਰੋਡ ਜਾਮ ਕਰਨਾ, ਜਿੰਦੇ ਤੱਕ ਸਾਡੇ ਨਾਲ ਇਨਸਾਫ਼ ਨਹੀਂ ਹੋਏਗਾ ਅਸੀਂ ਰੋਡ ਨਹੀਂ ਖੋਲ੍ਹਣ ਦਾਂਗੇ। ਰੋਟੀ ਨਹੀਂ ਮਿਲ ਰਹਾ ਦਿਓ ਜਾਣਕਾਰੀ। ਇਹ ਰੇਹੜੀ ਮਾਰਕੀਟ ਵਾਲੀ ਜਿਹੜੀ ਅੰਦਰ ਬਾਹਰ ਹੈ, ਰੇਹੜੀ ਮਾਰਕੀਟ ਵਾਲਿਆਂ ਜਾਮ ਲਾਇਆ, ਉਹਨਾਂ ਦਾ ਦੋਸ਼ ਇਹ ਹੈ ਕਿ ਕਾਰਪੋਰੇਸ਼ਨ ਦੇ ਕਰਮਚਾਰੀ ਅਧਿਕਾਰੀਆਂ ਨੇ ਜਿਹੜੇ ਸਾਡੀ ਰੇਹੜੀਆਂ ਨਜਾਇਜ਼ ਤੋੜ ਦਿੱਤੀਆਂ ਨੇ, ਅਤੇ ਇਸ ਕਰਕੇ ਇਹਨਾਂ ਨੂੰ ਪ੍ਰੋਟੈਸਟ ਕਰ ਰਹੇ ਨੇ ਜੀ। ਕਾਰਪੋਰੇਸ਼ਨ ਦੇ ਕਾਰਵਾਈ ਪਈ ਹੈ, ਉਹ ਤੁਸੀਂ ਉਸ ਵੇਲੇ ਕਿੰਨੇ ਵਜੇ ਇੱਥੇ ਪਹੁੰਚੇ? ਅੱਧਾ ਘੰਟਾ ਪਹਿਲਾਂ ਦੀ ਗੱਲ ਹੈ, ਕਾਰਪੋਰੇਸ਼ਨ ਦੇ ਅਧਿਕਾਰੀ ਆਪਣੀ ਫੋਰਸ ਲੈ ਕੇ ਆਏ ਸੀ, ਉਹਨਾਂ ਦਾ ਕਹਿਣਾ ਸੀ ਕਿ ਰੇਹੜੀ ਨਜਾਇਜ਼ ਨੇ, ਇਸ ਕਰਕੇ ਡਿਮੋਲਿਸ਼ ਕਰ ਰਹੇ ਹਾਂ। ਅਸੀਂ ਬਾਅਦ 'ਚ ਮੌਕਾ 'ਤੇ ਪਹੁੰਚੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ, ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਜੋ ਵੀ ਦੋਸ਼ੀ ਹੈ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਗ੍ਹਾ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਜੀ? ਇਹਦੇ ਬਾਰੇ ਜਾਂਚ ਕਰਾਂਗੇ ਜੀ, ਸਰਕਾਰੀ ਹੈ ਪ੍ਰਾਈਵੇਟ ਆ ਜਾਂ ਲੀਗਲ ਇਹ ਲੀਗਲ ਆ ਜੀ, ਇਹਦੇ ਬਾਰੇ ਜਾਂਚ ਪਰੰਤ ਦੱਸ ਸਕਦੇ। ਕੋਈ ਹੋ ਰਿਹਾ ਵੀ ਇੰਸਪੈਕਟਰ ਦੇ ਚਲਾਨ ਕੱਟਣ ਆਈ, ਉਸ ਤੋਂ ਕਾਰਵਾਈ ਸ਼ਾਰੀ ਹੋ ਰਹੀ ਹੈ ਜੀ? ਇਹਦੇ ਬਾਰੇ ਜੀ ਕਾਰਪੋਰੇਸ਼ਨ ਵਾਲੇ ਦੱਸ ਸਕਦੇ ਆ, ਸਾਡੇ ਨੋਟਿਸ 'ਚ ਨਹੀਂ ਹੈ ਵੀ ਚਲਾਨ ਕੱਟੇ ਨਹੀਂ ਕੱਟੇ ਜਾਂ ਇਹਨਾਂ ਦੇ ਕੋਈ ਗੱਲ ਪਿਆ ਵਾ, ਇਹ ਗੱਲ ਸਾਡੇ ਨੋਟਿਸ ਵਿੱਚ ਨਹੀਂ ਹੈਗੀ। ਰੋਡ ਜਾਮ ਕੀਤਾ ਜਾਂ ਰੋਡ ਜਾਮ ਕੀਤਾ ਕੀ ਕੀਤਾ? ਅਸੀਂ ਫਿਲਹਾਲ ਤਾਂ ਰੋਡ ਖਿਲਾਵਾਂਗੇ ਜੀ, ਉਸ ਤੋਂ ਉਪਰੰਤ ਜਾਂਚ ਕਰਾਂਗੇ, ਰੇਹੜੀ ਵਾਲਿਆਂ ਦੀ ਵੀ ਗੱਲ ਸੁਣਾਂਗੇ, ਕਾਰਪੋਰੇਸ਼ਨ ਅਧਿਕਾਰੀਆਂ ਦੀ ਵੀ ਗੱਲ ਸੁਣਾਂਗੇ, ਜਾਂਚ ਉਪਰੰਤ ਜਿਹੜੀ ਅਗਲੀ ਕਾਰਵਾਈ ਕੀਤੀ ਜਾਊਗੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ